ਛੋਟੇ ਸਾਹਸਾਦੇ ਹਨ ਉਹ ਪਲ ਜਿਹੜੇ ਯੁੱਗ ਹੋ ਅਸੀਂ ਸਾਰੇ 80 80 90 90 100 100 ਸਾਲ ਦੀ ਉਮਰ ਭੋਗ ਕੇ ਕਿਉਂ ਤੁਰ ਜਾਾਂਗੇ ਜਿਵੇਂ ਪਾਲ ਇਥੋਂ ਵਿਦਾ ਹੁੰਦੇ ਹੁੰਦੇ ਨੇ ਬਾਬਾ ਬੰਦਾ ਸਿੰਘ ਨੇ ਭਾਈ ਆਲੀ ਸਿੰਘ ਨੂੰ ਕਿਹਾ ਕਿ ਸਾਨੂੰ ਉਸ ਖਜ਼ਾਨੇ ਤੱਕ ਲੈ ਚੱਲੋ ਜਿਹੜਾ ਨਾਇਾਬ ਹੈ ਜਿਸ ਵਰਗਾ ਦੁਨੀਆ 'ਚ ਹੋਰ ਕਿਸੇ ਕੋਲ ਨਹੀਂ ਬਾਬਾ ਆਲੀ ਸਿੰਘ ਸਮਝਦੇ ਸਨ ਉਹ ਉਹਨਾਂ ਇੱਟਾਂ ਦੇ ਢੇਰ ਕੋਲ ਲੱਗੇ ਜਿਨ੍ਹਾਂ ਨੇ ਸਾਹਸਾਦਿਆਂ ਦੇ ਅੰਗ ਚੁਹੇ ਸੀ ਯਾਨੀ ਲਾਸ਼ਾਂ ਵੀ ਵੇਚੀਆਂ ਲਾਸ਼ਾਂ ਦਾ ਸਸਕਾਰ ਵੀ ਵਿੱਚ ਹੋਰ ਇਹ ਤੋਂ ਵੱਧ ਜ਼ੁਲਮ ਕੀ ਹੋਏਗਾ ਠੰਡਾ ਬੁਰਜ ਜਿਹੜਾ ਜਿਹਨੂੰ ਆਖਿਆ ਜਾਂਦਾ ਉਹ ਗਰਮੀਆਂ ਦੇ ਦਿਨਾਂ ਲਈ ਨਵਾਬ ਦੀ ਰਹਿائش ਸੀ ਕਿਰਪਾਨ ਦੀ ਨੋਕ ਨਾਲ ਕਾ ਦੀ ਜੜ ਕੱਢੀ ਤੇ ਕਿਹਾ ਮੁਗਲ ਕੀ ਜੜ ਗਈ ਪ੍ਰਾਇਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਇਸ ਵੇਲੇ ਪੋਦਾ ਮਹੀਨਾ ਚੱਲ ਰਿਹਾ ਹੈ ਸ਼ਹੀਦੀ ਪੰਦਰਵਾੜੇ ਦੇ ਨਾਂ ਨਾਲ ਇਸ ਵੇਲੇ ਬਹੁਤ ਸਾਰੇ ਜੜੀਆਂ ਸੰਗਤਾਂ ਨੇ ਉਹ ਗੁਰੂ ਸਾਹਿਬ ਦੇ ਲਾਲਾਂ ਨੂੰ ਉਹਨਾਂ ਸਿੰਘਾਂ ਨੂੰ ਉਹਨਾਂ ਬਹਾਦਰ ਸੁਰਬੀਰ ਯੋਧਿਆਂ ਨੂੰ ਯਾਦ ਕਰ ਰਹੇ ਨੇ ਨਾਲ ਦੇ ਨਾਲ ਅੱਜ ਅੱਜ ਤੇ ਦਿਨ ਬਹੁਤ ਸਾਰੇ ਲੋਕ ਚਾਹੇ ਉਹ ਚਮਕੌਰ ਸਾਹਿਬ ਦੀ ਧਰਤੀ ਹੋਵੇ ਚਾਹੇ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਹੋਵੇ ਉੱਥੇ ਨਤਮਸਤਕ ਕਰਨ ਲਈ ਪਹੁੰਚ ਰਹੇ ਨੇ ਇਹਨਾਂ ਦਿਨਾਂ ਨੂੰ ਇਹਨਾਂ ਸ਼ਹੀਦੀ ਪੰਦਰਵਾੜਿਆਂ ਨੂੰ ਕਿਸ ਤਰ੍ਹਾਂ ਨਾਲ ਯਾਦ ਕਰਨਾ ਚਾਹੀਦਾ ਹੈ ਅੱਜ ਅਸੀਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਹਿਬ ਕੋਲ ਪਹੁੰਚਿਆ ਉਹਨਾਂ ਤੋਂ ਜਾਣਦੇ ਹਾਂ ਕਿ ਅਖਰ ਉਹ ਕਿਸ ਤਰ੍ਹਾਂ ਇਹਨਾਂ ਦਿਨਾਂ ਨੂੰ ਦੇਖ ਰਹੇ ਨੇ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਆਪਣੇ ਪਾਠਕਾਂ ਤੋਂ ਅਤੇ ਹਾਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਤੁਸੀਂ ਧਰਮ ਦੇ ਖੇਤਰ ਦੇ ਵਿੱਚ ਬਹੁਤ ਲਿਖਿਆ ਬਹੁਤ ਵਧੀਆ ਤੁਹਾਡੇ ਵਿਚਾਰ ਹੁੰਦੇ ਨੇ ਤੇ ਬਹੁਤ ਸੁਖਮਤਾ ਦੇ ਨਾਲ ਬਹੁਤ ਸੰਜੀਦਗੀ ਦੇ ਨਾਲ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਬੋਲਦੇ ਹੋ ਅਕਸਰ ਇਸ ਸ਼ਹੀਦੀ ਪੰਦਰਵਾੜੇ ਨੂੰ ਕਿਸ ਤਰ੍ਹਾਂ ਉਸੀ ਯਾਦ ਕਰ ਰਿਹਾ ਹੂੰ ਕਿ ਤੁਹਾਡੇ ਦਿਲ ਦੇ ਬਲਬਲੇ ਨੇ ਥੋੜਾ ਦੱਸਿਓ ਇਹ ਜਿਹੜਾ ਸਮਾ ਲੰਗ ਰਿਹਾ ਜੀ ਇਹ ਸਮੇਂ ਨੂੰ ਸਿੱਖ ਗ੍ਰੰਥਾਂ ਚ ਸ਼ਹੀਦੀ ਸਤਾ ਲਿਖਿਆ ਗਿਆ ਜੀ ਸ਼ਹੀਦੀ ਸਫਤਾ ਲਿਖਿਆ ਗਿਆ 7 ਦਿਨਾਂ ਦੇ ਅੰਦਰ ਅੰਦਰ ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ ਸਨ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਲਾਲ ਮਾਤਾ ਜੀ ਇਸ ਸੰਸਾਰ ਤੋਂ ਵਿਦਾ ਹੋ ਗਏ ਸੰਨ ਤੇ ਕਸ਼ਟ ਦਾ ਹੀ ਵਿਦਾਇਗੀ ਸੀ ਜੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇਰ ਪਹਿਲਾਂ ਸ਼ਹੀਦ ਹੋ ਚੁੱਕੇ ਸੰਚਾਨਦਨੀ ਚੌਕ 'ਚ ਤੋਂ ਇਸ ਹਫ਼ਤੇ ਨੂੰ ਸਿੱਖ ਸੋਗ 'ਚ ਰੰਜਿ 'ਚ ਉਦਾਸੀ ਚਤਾਨੀ ਬਤਾਉਂਦੇ ਲੇਕਿਨ ਇਹਨੂੰ ਸਬਰ ਸ਼ੁਕਰ ਦਾ ਹਫ਼ਤਾ ਆਖਦੇ ਹਾਂ ਅੱਡਾ ਵੱਡਾ ਕਹਿਰ ਤੇ ਸ਼ਹਾਦਤਾਂ ਸ਼ਹਾਦਤਾਂ ਹੀ ਹੁੰਦੀਆਂ ਨੇ ਉਹਨਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਲੇਕਿਨ ਚਾਰੇ ਸਾਹਿਬਜ਼ਾਦਿਆਂ ਚੋਂ ਆਪਾਂ ਨੂੰ ਅਕਸਰ ਛੋਟੇ ਸਾਹਿਬਜ਼ਾਦੇ ਜ਼ਿਆਦਾ-ਜ਼ਿਆਦਾ ਹੀ ਜਾਂਦੇ ਨੇ ਜੀ ਕਿਉਂ ਕਿ ਵੱਡੇ ਸਾਹਿਬਜ਼ਾਦੇ ਆਮੋ ਸਾਹਮਣੇ ਯੁੱਧ ਲੜੇ ਸਨ ਉਹ ਆਪਣੇ ਫੈਸਲੇ ਕਰਨ ਦੇ ਸਮਰੱਥ ਸਨ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਦੋਂ ਦੁਨੀਆ ਨੇ ਸੁਣੀ ਹੋ ਕਾਲਿਆ ਤੇ ਸਰਾਪ ਦਿੱਤਾ ਸਰਹੰਦਨ ਗੁਰੂ ਮਾਰਿਸ ਰਹੰਦ ਜੀ ਇਸ ਜ਼ਾਲਮ ਸ਼ਹਿਰ ਦੇ ਉੱਪਰ ਲੋਹੇ ਦਾ ਸੁਆਗਾ ਫਿਰੇਗਾ ਅੱਛਾ ਜੀ ਇਹ 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 ਹੌਕਾਸੀ ਤੇ ਇਹ ਸਰਾਫ ਸੀ ਏਸ਼ੀਆ ਦਾ ਡਾਟਰ ਗੰਡਾ ਸਿੰਘ ਸਾਨੂੰ ਇਤਿਹਾਸ ਪੜਾਉਣ ਆਇਆ ਕਰਦੇ ਸਨ ਉਹ ਅਕਸਰ ਜ਼ਿਕਰ ਕਰਦੇ ਆਂ ਗਿਲਾ ਕਰਦੇ ਕਵੀਆਂ ਤੇ ਕਵੀ ਗੱਲ ਨੂੰ ਕਿਤੇ ਦੀ ਕਿਤੇ ਦੂਰ ਲੈ ਜਾਂਦੇ ਨੇ ਅਸਲ ਮੁੱਦਾ ਜਿਹੜਾ ਭੁੱਲ ਜਾਂਦੇ ਨੇ ਇਸ ਤਰ੍ਹਾਂ ਅਕਸਰ ਉਹਨਾਂ ਦਾ ਗਿਲਾ ਹੁੰਦਾ ਸੀ ਜੀ ਲੇਕਿਨ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹੋ ਸਾਨੂੰ ਦੱਸਿਆ ਕਿ ਅੰਗਰੇਜ਼ਾਂ ਨੇ ਕਲਕੱਤੇ ਤੋਂ ਪਿਸ਼ਾਵਰ ਤੱਕ ਰੇਲਵੇ ਲਾਈਨ ਵਿਛਾਉਣੀ ਸੀ ਠੀਕ ਹੈ ਜੀ 25-25 ਮੀਲ ਦੇ ਟੋਟੇ ਠੇਕੇਦਾਰਾਂ 'ਚ ਵੰਡੇ ਗਏ ਜਿਹੜਾ 25 ਮੀਲ ਦਾ ਟੋਟਾ ਸਰਹੰਦੂ ਦੇ ਇਲਾਕਿਆਂ ਦੀ ਲੰਘਦਾ ਸੀ ਜਿਸ ਠੇਕੇਦਾਰ ਕੋਲ ਉਹ ਹਿੱਸਾ ਆਇਆ ਉਹਨੇ ਦੇਖਿਆ ਕਿ ਸਰਹੰਦ ਦੀਆਂ ਇੱਟਾਂ ਦਾ ਮਲਬਾ ਢੇਰ ਅੰਬਾਰ ਲੱਗੇ ਪਏ ਨੇ ਉਹਨੇ ਅਰਜ਼ੀ ਲਿਖੀ ਅੰਗਰੇਜ਼ ਸਰਕਾਰ ਨੂੰ ਕਿ ਇੱਥੇ ਮਲਬਾ ਬਹੁਤ ਪਿਆ ਜੇ ਮੈਨੂੰ ਰੇਲਵੇ ਲਾਈਨ ਇੱਥਾਂ ਵਿੱਚ ਛਾਉਣ ਦੀ ਆਗਿਆ ਦਿੱਤੀ ਜਾਏ ਤਾਂ ਨਾਲੇ ਤਾਂ ਇਹ ਮਲਬਾ ਕੰਮ ਆਏਗਾ ਨਾਲੇ ਰੇਲਵੇ ਲਾਈਨ ਪੱਕੀ ਹੋਏਗੀ ਅੰਗਰੇਜ਼ਾਂ ਨੂੰ ਇਸ ਗੱਲ 'ਚ ਕੀ ਤਰਾਸ ਸੀ ਉਹਨੂੰ ਇਜਾਜ਼ਤ ਮਿਲ ਗਈ ਉਹਨੇ ਉੱਥੋਂ ਮਲਬਾ ਚੁਕਵਾ ਚੁਕਾ ਕੇ ਰੇਲਵੇ ਲਾਈਨ ਦੇ ਹੇਠਾਂ ਵਿਛਾਇਆ ਉੱਪਰ ਰੇਲਵੇ ਲਾਈਨ ਵਿਛਾਈ ਜੀ ਡਾਕਟਰ ਗੰਡਾ ਸਿੰਘ ਇਸ ਮੌਕੇ ਤੇ ਜਜ਼ਬਾਤੀ ਹੋ ਜਾਇਆ ਕਰਦੇ ਸਨ ਤੇ ਕਿਹਾ ਕਰਦੇ ਸਨ ਲੋਹੇ ਦਾ ਸੁਹਾਗਾ ਇੱਕ ਵਾਰੀ ਥੋੜਾ ਦਿਨ ਚ ਦਰਜਣਾ ਵਾਰੀ ਫਿਰਦੇ ਸਰਹੰਦ ਸ਼ਹਿਰ ਉੱਪਰ ਦੀ ਜੀ ਇਹ ਇਹ ਆਪਣਾ ਸਰ ਇਹ ਜਦੋਂ ਬਾਬਾ ਬੰਦਾ ਸਿੰਘ 72 ਇਟਨਾਈਟ ਖੜਕਾਨ ਤੋਂ ਬਾਅਦ ਹੀ ਇਹ ਸਾਰੇ ਨਹੀਂ ਬਾਬਾ ਬੰਦਾ ਸਿੰਘ ਨੇ ਜਦੋਂ ਤਬਾਹ ਕਰ ਦਿੱਤਾ ਨਾ ਸਰਹੰਦ ਉਦੋਂ ਤੋਂ ਬਾਅਦ ਚਾਜੇ ਨਾਲ ਵਸੇ ਹੀ ਨਹੀਂ ਸ਼ਹਿਰ ਇਹ ਅੱਛਾ ਕਦੇ ਨਹੀਂ ਵਸੇ ਨਾ ਨਾ ਬਸ ਮਾੜੇ ਮੋਟੇ ਛੁੱਗੀ ਚੌਪੜੀ ਗਰੀਬ ਲੋਕ ਮਾੜੀ ਮੋਟੀ ਖੇਤੀ ਕਰਨ ਵਾਲੇ ਸਮਾਣਾ ਸ਼ਹਿਰ ਤੇ ਸਰਹੰਦ ਸ਼ਹਿਰ ਲਾਹੌਰ ਤੋਂ ਘੱਟ ਨਹੀਂ ਸਨ ਅੱਛਾ ਜੀ ਕਿਸੇ ਜ਼ਮਾਨੇ ਚ ਦਿੱਲੀ ਨਹੀਂ ਜ ਦਿੱਲੀ ਨੂੰ ਜਾਣਦੇ ਨਹੀਂ ਸਨ ਸਰਹੰਦ ਨੂੰ ਜਾਣਦੇ ਸਨ ਇਸ ਕਰਕੇ ਇਹਨਾਂ ਸ਼ਹਿਰਾਂ ਦੀ ਮਹੱਤਤਾ ਜਿਹੜੀ ਉਹ ਬਹੁਤ ਵੱਡੀ ਰਹੀ ਏ ਤੇ ਸਾਫਜ਼ਾਦਿਆਂ ਦੀ ਸ਼ਹਾਦਤ ਹੋਈ ਛੋਟੇ ਸਾਫਜ਼ਾਦਿਆਂ ਦੀ ਸ਼ਹਾਦਤ ਖਾਸ ਕਰਕੇ ਮੈਨੂੰ ਅਬਦੁਲ ਹਲੀਮ ਸ਼ਰਰ ਦਾ ਨਾਵਲ ਹੈ ਕੱਲ ਦਾ ਲਖਨਊ ਨਾਵਲ ਨਾ ਕਹੋ ਉਹਨੂੰ ਲਖਨਊ ਦੀ ਸਾਂਸਕ੍ਰਿਤਕ ਇਤਿਹਾਸਕ ਡੂੰਗੀ ਜਾਣਕਾਰੀ ਦੇਣ ਦਾ ਗ੍ਰੰਥ ਹੈ 400 ਪੰਨਿਆਂ ਦਾ ਨੈਸ਼ਨਲ ਬੁੱਕ ٹرسٹ ਨੇ ਛਾਪਿਆ ਸੀ ਅਬਦੁਲ ਹਲੀਮ ਸ਼ਰਰ ਦਾ ਨਾਨਾ ਕਾਨੂੰਨ ਮੰਤਰੀ ਸੀ ਲਖਨਊ ਦੇ ਨਵਾਬ ਦਾ ਨਾਨਾ ਜੀ ਗੱਲਾਂ ਦੱਸਦੇ ਅਬਦੁਲ ਹਲੀਮ ਨੋਟ ਕਰੀ ਜਾਂਦੇ ਤੇ ਉਹ ਕਿਤਾਬ ਆਈ ਹੈ ਬਹੁਤ ਖੂਬਸੂਰਤ ਕਿਤਾਬ ਉਹਦੇ ਚ ਇੱਕ ਵਾਕਿਆ ਦਾ ਜ਼ਿਕਰ ਕਰਦੇ ਨੇ ਕਿ ਨਾਨਾ ਜਾਨ ਦੱਸਦੇ ਕਿ ਕਿਵੇਂ-ਕਿਵੇਂ ਸੂਬੇਦਾਰਾਂ ਨੇ ਗੈਰ ਜ਼ਿੰਮੇਵਾਰੀਆਂ ਦਿਖਾਈਆਂ ਸ਼ਰਾਬਾਂ ਦੇ ਦੌਰ ਚੱਲਦੇ ਨਾਚ ਗਾਣੇ ਸ਼ਰਰ ਪੁੱਛਦੇ ਨਾ ਜਾਣ ਜਿੰਨੀਆਂ ਗੱਲਾਂ ਤੋਂ ਅਸੀਂ ਮੁਗਲਾਂ ਦੀਆਂ ਸੁਣਾਣੇ ਹੋ ਮੇਰੇ ਦਿਲ 'ਚ ਉਹਨਾਂ ਦੀ ਕਦਰ ਘਟਦੀ ਜਾਂਦੀ ਏ ਮੈਨੂੰ ਤਾਂ ਸ਼ਰਮ ਆਉਂਦੀ ਏ ਇਹੋ ਜਿਹੀ ਕੱਟਣਾਵਾਂ ਤੋਂ ਸੁਣ ਕੇ ਜਾਣ ਕੇ ਤੁਹਾਡੇ ਤੋਂ ਕਿ ਇਹੋ ਜੇ ਕੰਮ ਵੀ ਕਰਦੇ ਸਾਂ ਮੇਰੇ ਦਿਲ 'ਚ ਤਾਂ ਸਤਿਕਾਰ ਜਾਂਦਾ ਰਿਹਾ ਮੁਗਲਾਂ ਦਾ ਮੈਂ ਤਾਂ ਇਹ ਖਿਆਲ ਕਰਦਾ ਸੀ ਕਿ ਮੁਗਲ ਬੜੇ ਸਿਆਣੇ ਨੇ ਮੁਗਲ ਬੜੇ ਬਹਾਦਰ ਨੇ ਉਹਨਾਂ ਦਾ ਰਾਜ ਤੇ ਟੈਟੇਰੀ ਹੋਣ 'ਚ ਤਾਂ ਘੰਟੀ ਲੱਗੇ ਬਸ ਨਾਨਾ ਜਾਨ ਕਹਿੰਦੇ ਬੇਟਾ ਰੱਬ ਨੂੰ ਨਾ ਸਿਆਣਪ ਪਸੰਦ ਹੈ ਨਾ ਬਾਦਰੀ ਸਿਆਣਪ ਤਾਂ ਡੋਗਰਾਂ ਕੋਲ ਗੋਰਖਿਆਂ ਕੋਲ ਮੁਗਲਾਂ ਕੋਲ ਤੇ ਸਿੱਖਾਂ ਕੋਲ ਕੋਈ ਘੱਟ ਨਹੀਂ ਰੱਬ ਸਮੇਂ-ਸਮੇਂ ਧਰਤੀ ਉੱਪਰ ਆਪਣੀਆਂ ਵੱਖ-ਵੱਖ ਕੌਮਾਂ ਭੇਜਦਾ ਰਹਿੰਦਾ ਹੈ ਤੇ ਦੇਖਦਾ ਰਹਿੰਦਾ ਹੈ ਇਹਨਾਂ ਕੌਮਾਂ 'ਚੋਂ ਕਿਹੜੀ ਹੈ ਜਿਹੜੀ ਮੇਰੀ ਬਾਕੀ ਮਨੁੱਖਤਾ ਨੂੰ ਇਨਸਾਫ਼ ਦੇਊਗੀ ਜਿਹੜੀ ਕੌਮ ਉਹਨੂੰ ਲੱਗਦਾ ਕਿ ਇਨਸਾਫ ਕਰੇਗੀ ਉਹਦੇ ਸਿਰ ਤੇ ਤਾਜ ਤੇ ਹੀਠਾਂ ਤਖਤ ਰੱਖ ਦਿੰਦਾ ਜਦੋਂ ਇਨਸਾਫ ਕਰਨੋਂ ਹਟ ਜਾਂਦੀ ਉਹ ਕੌਮ ਫਿਰ ਤਾਜ ਤੇ ਤਖਤ ਖੋਲ ਲੈਂਦੇ ਅਸੀਂ ਪੁੱਤਰ ਇਨਸਾਫ ਕਰਨੋਂ ਹਟ ਗਏ ਇਸ ਕਰਕੇ ਸਾਡੇ ਤਾਜ ਤਖਤ ਚਲੇ ਜਾਣੇ ਸਾਂ ਕਿ ਇਹ ਗੱਲ ਮੈਨੂੰ ਯਾਦ ਛੋਟੇ ਸਾਹਿਬ ਜ਼ਾਦੇ ਦੀ ਸ਼ਹਾਦਤ ਤੋਂ ਆਈ ਨਵਾਬ ਸ਼ੇਰ ਮੁਹੰਮਦ ਖਾਨ ਜਿਹਨੂੰ ਆਪਾਂ ਯਾਦ ਕਰਦੇ ਹਾਂ ਕਿ ਹਾ ਦਾ ਨਾਰਾ ਮਾਰਿਆ ਸੀ ਜੀ ਉਹਨੂੰ ਤਾਂ ਇਹ ਪੇਸ਼ਕਸ਼ ਹੋਈ ਸੀ ਕਿ ਤੇਰੇ ਭਰਾ ਨੂੰ ਕਤਲ ਕੀਤਾ ਇਹਨਾਂ ਦੇ ਪਿਤਾ ਨੇ ਹੁਣ ਅਸੀਂ ਗ੍ਰਿਫਤਾਰ ਕਰ ਲੇ ਜਿਵੇਂ ਜ਼ਲੀਲ ਕਰਕੇ ਇਹਨਾਂ ਨੂੰ ਕਤਲ ਕਰ ਸਕਦਾ ਹੈ ਕਰ ਤੇਰੀ ਮਰਜ਼ੀ ਆ ਉਹ ਇਹਨਾਂ ਨੂੰ ਲੈ ਜਾ ਜੀ ਇਸ ਸੁਨੇਹੇ ਦਾ ਜਵਾਬ ਸੁਣ ਕੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਬੈਠਾ ਨਹੀਂ ਰਿਹਾ ਆਪਣੀ ਸੈਨਿਕ ਟੁਕੜੀ ਸਮੇਤ ਸਰਹੰਦਾ ਆ ਤੇ ਵਜ਼ੀਰ ਖਾਨ ਨੂੰ ਸਮਝਾਉਣ ਲੱਗਿਆ ਕਿ ਇਹ ਕਾਰਾ ਨਾ ਕਰੋ ਇਸਲਾਮ ਇਹਦੀ ਆਗਿਆ ਨਹੀਂ ਦਿੰਦਾ ਸ਼ਰਾਚ ਕਾਜ਼ੀ ਨੂੰ ਪੁੱਛਿਆ ਕਿ ਸ਼ਰਾਜੇ ਕੋਈ ਪ੍ਰੈਸੀਡੈਂਟ ਦਿਖਾਓ ਕੋਈ ਪਿੱਛੇ ਵਾਪਰੀ ਜਿਹੀ ਘਟਨਾ ਹੈ ਜਿਹੜਾ ਜਜਮੈਂਟ ਦਿਖਾਓ ਜਿਦੇ ਚ ਮਾਪਿਆਂ ਦੇ ਕਸੂਰ ਬਦਲੇ ਉਹਨਾਂ ਦੇ ਮਾਸੂਮ ਬੱਚਿਆਂ ਨੂੰ ਸਜ਼ਾ ਦਿੱਤੀ ਗਈ ਹੋਵੇ ਬਿਲਕੁਲ ਠੀਕ ਵਜ਼ੀਰ ਖਾਨ ਕਹਿੰਦਾ ਇਹ ਕਾਫਰ ਨੇ ਕਾਫਰਾਂ ਦੇ ਬੱਚੇ ਨੇ ਕਾਫਰਾਂ ਨਾਲ ਮੁਹੱਬਤ ਕਾਫਰਾਂ ਤੇ ਤਰਸ ਕਿਵੇਂ ਆਉਣ ਲੱਗਿਆ ਤੁਹਾਨੂੰ ਸ਼ੇਰ ਮੁਹੰਮਦ ਸ਼ੇਰ ਮੁਹੰਮਦ ਨੇ ਕਿਹਾ ਕਿ ਕਾਫਰਾਂ ਤੇ ਕੋਈ ਤਰਸ ਨਹੀਂ ਇਸਲਾਮ ਦੀ ਕਦਰ ਕਰਦਾ ਮੁਸਲਮਾਨਾਂ ਤੇ ਤਰਸ ਕਰਦਾ ਇਹ ਐਡੀ ਵੱਡੀ ਡੂੰਗੀ ਸੱਟ ਹੋਏਗੀ ਸਿੱਖਾਂ ਦੇ ਮਨਾਂ 'ਚ ਕਿ ਫਿਰ ਇਹ ਸੱਟ ਦਾ ਹਰਜਾਨਾ ਮੁਸਲਮਾਨ ਭਰਨਗੇ ਇਹ ਸੱਟ ਦਾ ਜਵਾਬ ਦੇਣਾ ਪਏਗਾ ਉਹ ਦਰਸਲ ਸ਼ੇਰ ਮੁਹੰਮਦ ਖਾਨ ਆਪਾਂ ਨੂੰ ਐਂ ਲੱਗਦਾ ਸ਼ਾਹਜ਼ਾਦੇ ਨੂੰ ਵਿਚਾਰ ਰਿਹਾ ਸੀ ਉਹ ਮੁਸਲਮਾਨਾਂ ਕੋਈ ਤਨੂ ਵੀ ਤਾਂ ਨਾਲ ਵਿਚਾਰ ਰਿਹਾ ਸੀ ਇਹ ਸੱਟ ਜਦੋਂ ਇਹਦੀ ਖਬਰ ਮਹਾਰਾਜ ਕੋਲ ਪਹੁੰਚੀ ਦਸਮ ਪਾਤਸ਼ਾਹ ਕੋਲ ਆਪਣੀ ਇਤਿਹਾਸਿਕ ਪਰੰਪਰਾ ਦੱਸਦੀ ਆ ਆਪਾਂ ਨੂੰ ਕੇ ਖੇਤ ਚ ਬੈਠੇ ਸਨ। ਕਿਰਪਾਨ ਦੀ ਨੋਕ ਕਨਾਲ ਕਾ ਦੀ ਜੜ ਕੱਢੀ ਤੇ ਕਿਹਾ ਮੁਗਲ ਕੀ ਜੜ ਗਈ। ਫਿਰ ਮਹਾਰਾਜ ਨੇ ਫਰਮਾਇਆ ਮੁਗਲ ਸਲਤਨਤ ਬੜਾ ਤਾਕਤਵਾਰ ਉੱਚੇ ਅਸਮਾਨ ਚ ਉੱਡਦਾ ਹੋਇਆ ਬਾਜ ਸੀ ਜਿਨੇ ਆਪਣੇ ਖੰਭ ਆਪ ਕੁੱਤਰ ਲਏ। ਮਹਾਰਾਜ ਦਾ ਦੂਜਾ ਵਾਕ ਇਹ ਬੜਾ ਘਣਾ ਫੈਲਿਆ ਬੋੜ ਸੀ ਜਿਨੇ ਆਪਣੀਆਂ ਜੜਾਂ ਆਪ ਕੱਟ ਲਈਆਂ ਹੁਣ ਹਵਾ ਦਾ ਇੱਕ ਬੁੱਲਾ ਆਏਗਾ ਇਹ ਦਰਖਤ ਆਪਣੇ ਆਪ ਡਿੱਗੇਗਾ ਇਹ ਜ਼ੁਲਮ ਦੀ ਇੰਤਹਾ ਸੀ ਰੱਬ ਨੂੰ ਜ਼ੁਲਮ ਦੀ ਇੰਤਹਾ ਪਸੰਦ ਨਹੀਂ ਹੈ ਇਹ ਹਕੂਮਤ ਡਿੱਗਣੀ ਸੀ ਡਿੱਗੀ ਬਾਬਾ ਬੰਦਾ ਸਿੰਘ ਨੂੰ ਜਦੋਂ ਦਸਮ ਪਾਤਸ਼ਾਹ ਨੰਦੇੜ ਮਿਲੇ ਥਾਪੜਾ ਦਿੱਤਾ ਅਮਰ ਛਕਾਇਆ ਪੰਜਾਬ ਤੋਰੇ ਬਾਬਾ ਬੰਦਾ ਸਿੰਘ ਤਾਂ ਪੰਜਾਬੀਆਂ ਨੂੰ ਪੰਜਾਬ ਦੇ ਸਰਦਾਰਾਂ ਨੂੰ ਜਾਣਦੇ ਹੀ ਨਹੀਂ ਸਨ ਦਸਮ ਪਾਤਸ਼ਾਹ ਨੇ ਉਹਨਾਂ ਨੂੰ ਸਰਨਾਮੇ ਦਿੱਤੇ ਸੀ ਇਹਨਾਂ ਇਹਨਾਂ ਸਿੱਖਾਂ ਸਰਦਾਰਾਂ ਨੂੰ ਚਿੱਠੀਆਂ ਲਿਖੋ ਤੇ ਜ਼ੁਲਮ ਦਾ ਖਾਤਮਾ ਕਰੋ ਪੰਜਾਬ 'ਚ ਬਾਬਾ ਬੰਦਾ ਸਿੰਘ ਨੂੰ ਕਠਨਾਵਾ ਦਾ ਪਤਾ ਸੀ ਲੇਕਿਨ ਦਸਮ ਪਾਤਸ਼ਾਹ ਦੇ ਮਿਲਣ ਪਿੱਛੋਂ ਜਿਹੜਾ ਬਾਬਾ ਬੰਦਾ ਸਿੰਘ ਨੇ ਹੁਣ ਤੱਕ ਧਰਮ ਕਮਾਇਆ ਸੀ ਉਹਨੂੰ ਕਰਮ 'ਚ ਬਦਲਣਾ ਸੀ ਤਬਦੀਲੀ ਜਿਹੜੀ ਆਈ ਬਾਬਾ ਬੰਦਾ ਸਿੰਘ ਦਸਮ ਬਾਦਸ਼ਾਹ ਦੇ ਮਿਲਣ ਨਾਲ ਬਲਾਪ ਤੋਂ ਬਾਅਦ ਉਹ ਸੀ ਕਿ ਧਰਮ 'ਚ ਨਿਭਾ ਚੁੱਕਿਆ ਸੀ ਆਪਣੇ ਸਾਰੇ ਫਰਜ਼ ਜੋ ਉੱਚ ਪ੍ਰਾਪਤੀਆਂ ਧਰਮ ਦੀਆਂ ਹੋ ਸਕਦੀਆਂ ਨੇ ਉਹ ਮੰਜ਼ਲਾਂ ਪਾਰ ਕਰ ਚੁੱਕਿਆ ਸੀ ਲੇਕਿਨ ਧਰਮ ਨੂੰ ਹੁਣ ਕਰਮ ਵਿੱਚ ਤਬਦੀਲ ਕਰਨ ਦਾ ਜ਼ਿਮਾਹ ਮਹਾਰਾਜ ਨੇ ਦੇ ਦਿੱਤਾ ਬਾਬਾ ਬੰਦਾ ਸਿੰਘ ਨੂੰ ਬਾਬਾ ਬੰਦਾ ਸਿੰਘ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਉਹਨਾਂ ਦੇ ਵਿੱਚ ਇਬਾਰਤ ਇਸ ਤਰ੍ਹਾਂ ਦੀ ਸੀ ਭਾਈਓ ਪੰਜਾਬ ਵਿੱਚ ਜ਼ੁਲਮ ਖਤਮ ਕਰਨ ਵਾਸਤੇ ਮੈਂ ਤੁਹਾਡੇ ਅੱਗੇ ਦਰਖਾਸਤ ਕਰਦਾ ਕਿ ਤੁਸੀਂ ਮੇਰੀ ਫੌਜ 'ਚ ਭਰਤੀ ਹੋ ਤੁਹਾਨੂੰ ਦੇਣ ਲਈ ਮੇਰੇ ਕੋਲ ਤਨਖਾਹਾਂ ਨਹੀਂ ਹਨ ਤੁਹਾਨੂੰ ਦੇਣ ਲਈ ਮੇਰੇ ਕੋਲ ਵਰਦੀਆਂ ਨਹੀਂ ਹਨ ਤੁਹਾਨੂੰ ਦੇਣ ਲਈ ਮੇਰੇ ਕੋਲ ਹਥਿਆਰ ਨਹੀਂ ਹਨ ਮੇਰੇ ਕੋਲ ਤੁਹਾਨੂੰ ਦੇਣ ਵਾਲੀ ਕੁਝ ਵੀ ਨਹੀਂ ਹੈ ਪਰ ਮੈਂ ਮੰਗਦਾ ਤੁਹਾਡੇ ਤੋਂ ਤੁਹਾਡੀ ਜਾਨ ਇਸ ਕਰਕੇ ਕਿ ਦਸ਼ਮਪਤਸ਼ਾ ਦਾ ਹੁਕਮ ਹੈ ਦਸ਼ਮਪਤਸ਼ਾ ਦਾ ਫੈਸਲਾ ਹੈ ਕਿ ਜ਼ੁਲਮ ਖਤਮ ਹੋਏਗਾ ਤੇ ਆਪਣੇ ਰਾਹੀ ਖਤਮ ਹੋਏਗਾ ਇਹ ਚਿੱਠੀਆਂ ਲਿਖੀਆਂ ਇਹ ਚਿੱਠੀਆਂ ਲਿਖੀਆਂ ਪੰਜਾਬ ਦੇ ਵੱਖ-ਵੱਖ ਉਹਨਾਂ ਸਰਦਾਰਾਂ ਨੂੰ ਜਿਨ੍ਹਾਂ ਸਰਦਾਰਾਂ ਦੇ ਨਾਂ ਪਤੇ ਮਹਾਰਾਜ ਨੇ ਲਿਖਾਈ ਸਨ ਜਿਹਦੇ ਕੋਲ ਘੋੜਾ ਸੀ ਘੋੜੇ ਤੇ ਸਵਾਰ ਹੋ ਗਿਆ ਜੀ ਜਿਹਦੇ ਕੋਲ ਨਹੀਂ ਸੀ ਘੋੜਾ ਉਹਨੇ ਆਪਣੀ ਮੱਝ ਗਾਂ ਵੜਦ ਵੇਚ ਕੇ ਘੋੜਾ ਲੈ ਲਿਆ ਜਿਹਦੇ ਕੋਲ ਕੁਝ ਵੀ ਨਹੀਂ ਸੀ ਉਹਨੇ ਗੰਡਾਸਾ ਚੁੱਕਿਆ ਕੁਹਾੜੀ ਚੁੱਕੀ ਪੈਦਲ ਤੁਰ ਕੇ ਅੱਛਾ ਜੀ ਇਹ ਸੱਟ ਐਡੀ ਡੂੰਗੀ ਸੀ ਕਿ ਪਤਾ ਨਹੀਂ ਲੱਗਦਾ ਸੀ ਇਹ ਤਾਂ ਇਹਦੇ ਨਾਲ ਕਿਵੇਂ ਸੀ ਜੀ ਇਹ ਰੋ ਸੀਗਾ ਸਰਹੰਦ ਦੇ ਵਿੱਚ ਜੋ ਕੁਝ ਛੋਟੇ ਸਾਬਜ਼ਾਦਿਆਂ ਨੂੰ ਕਤਲ ਕਰਨਾ ਇੰਨੀ ਛੋਟੀ ਉਮਰ ਫਾਰਸੀਸ ਰੋਤਾ ਸ਼ੇਰ ਖੋਰ ਬੱਚੇ ਲਿਖਿਆ ਹੈ ਉਹਨਾਂ ਨੂੰ ਦੁੱਧ ਚੁੰਗਦੇ ਬੱਚੇ ਉਹਨਾਂ ਦਾ ਕਸੂਰ ਸੀ ਤੇ ਫਿਰ ਇਹ ਰੱਬ ਨੂੰ ਮਨਜ਼ੂਰ ਨਹੀਂ ਸੀ ਨਾ ਇਹ ਬੇਇਨਸਾਫੀ ਮੇਰ ਨਾਲ ਦਾ ਜਦੋਂ ਯੁੱਧ ਹੋਇਆ ਚਾਪੜਚੀੜੀ ਦੇ ਮੈਦਾਨ 'ਚ ਜੀ ਵਜ਼ੀਰ ਖਾਨ ਹਾਥੀ ਤੇ ਸਵਾਰ ਹੋ ਕੇ ਆਇਆ ਹੈ। ਬਾਕੀ ਉਹਦੀ 50000 ਦੀ ਸੈਨਾ ਘੋੜ ਸਵਾਰ ਸੀ। ਬਾਬਾ ਬੰਦਾ ਸਿੰਘ ਦੀ ਸੈਨਾ 'ਚ ਕੁੱਲ ਮਿਲਾ ਕੇ 20000 ਯੋਧੇ ਸਨ। ਜਿਨ੍ਹਾਂ 'ਚੋਂ ਥੋੜਿਆਂ ਕੋਲ ਘੋੜੇ ਸਨ ਪੈਦਲ ਸੀ। ਵਜ਼ੀਰ ਖਾਨ ਹਾਥੀ ਤੇ ਚੜ੍ਹਿਆ ਆਪਣੀ ਫੌਜ ਨੂੰ ਡਾਇਰੈਕਸ਼ਨ ਦੇ ਰਿਹਾ ਸੀ ਬਾਬਾ ਬੰਦਾ ਸਿੰਘ ਘੋੜਾ ਦੌੜਾ ਕੇ ਟਿੱਬੀ ਤੇ ਚੜ੍ਹ ਗਏ। ਉਹ ਟੀਵੀ ਤੋਂ ਦੇਖ ਰਹੇ ਸੀ ਕਿਧਰ ਲਾ ਪਾਸਾ ਨਹੀਂ ਵਹ ਕਿਧਰ ਲਾ ਪਾਸਾ ਪਿੱਛੇ ਰਹਿ ਰਿਹਾ ਹੈ ਕਿਧਰ ਲਾ ਪਾਸਾ ਦਬਰ ਰਿਹਾ ਹੈ ਕਿਧਰ ਲਾ ਪਾਸਾ ਚੜ ਰਿਹਾ ਹੈ ਬਾਬਾ ਫਤਿਹ ਸਿੰਘ ਨੇ ਦੇਖ ਲਿਆ ਵਜ਼ੀਰ ਖਾਨ ਜਦੋਂ ਬਾਬਾ ਫਤਿਹ ਸਿੰਘ ਬਠਿੰਡਾ ਜ਼ਿਲ੍ਹੇ ਦੇ ਚੱਕ ਫਤਿਹ ਸਿੰਘ ਵਾਲਾ ਪਿੰਡ ਦੇ ਸਨ ਘੋੜੇ ਦੀਆਂ ਰਕਾਬਾਂ ਤੇ ਖਲੋ ਕੇ ਦੋਵਾਂ ਹੱਥਾਂ ਨਾਲ ਉਹ ਜ਼ਬਰਦਸਤ ਵਾਰ ਵਜ਼ੀਰ ਖਾਨ ਨੇ ਜਦੋਂ ਦੇਖਿਆ ਨਾ ਕਿ ਆਮਣੂ ਸਾਹਮਣੇ ਟੱਕਰ ਨੇੜੇ ਆ ਗਈ ਉਹ ਛਾਲ ਮਾਰ ਕੇ ਹਾਥੀ ਤੋਂ ਛੇਠਾ ਘੋੜੇ ਤੇ ਆਸਵਾਰ ਹੋ ਗਿਆ ਹਾਥੀ ਲੜਨ ਵਾਸਤੇ ਚੰਗਾ ਜਾਨਵਰ ਨਹੀਂ ਸਵਾਰੀ ਵਾਸਤੇ ਉਹ ਤਾਂ ਡਾਇਰੈਕਸ਼ਨਾਂ ਦੇਣ ਵਾਸਤੇ ਹੁੰਦਾ ਉੱਚਾ ਹੈ ਦੇਖਣਾ ਸੇ ਦੂਰ ਦੂਰ ਤੱਕ ਦੇਖਣਾ ਵੀ ਅਸੀਂ ਕਿਧਰੋਂ ਕਿਧਰੋਂ ਹਾਰ ਖਾ ਰਹੇ ਹਾਂ ਕਿਧਰੋਂ ਕਿਧਰੋਂ ਅਸੀਂ ਵੱਧ ਰਹੇ ਹਾਂ ਤੇ ਨਾਲ ਖਾਲੀ ਘੋੜਾ ਹੁੰਦਾ ਉਸ ਘੋੜੇ ਤੇ ਸਵਾਰ ਹੋਇਆ ਤੇ ਆਮਣੋ ਸਾਹਮਣੇ ਟੱਕਰ ਹੋਈ ਬਾਬਾ ਫਤਿਹ ਸਿੰਘ ਨਾਲ ਬਾਬਾ ਫਤਿਹ ਸਿੰਘ ਨੇ ਜ਼ਬਰਦਸਤ ਕਿਰਪਾਨ ਮਾਰੀ ਸੱਜੇ ਮੋੜੇ ਵਿੱਚੋਂ ਦੀ ਦਾਖਲ ਹੋ ਕੇ ਖੱਬੀ ਵੱਖੀ ਵਿੱਚੋਂ ਦੇ ਨਿਕਲ ਗਏ ਇਹਨਾਂ ਜ਼ੋਰਦਾਰ ਦੋ ਟੋਟੇ ਹੋ ਗਏ ਵਜ਼ੀਰ ਖਾਨ ਦੇ ਜਿਸਮ ਦੇ ਇੱਕ ਉਹ ਘੋੜੇ ਦੇ ਉਸ ਪਾਸੇ ਡਿੱਗਿਆ ਦੂਸਰਾ ਉਸ ਪਾਸੇ ਬਸ ਫਿਰ ਸੈਨਾ ਚ ਭੱਜ ਦੜਮਚ ਗਈ ਹਾਰ ਹੋ ਗਈ ਪਰ ਸਭ ਇੱਕ ਇਹ ਵੀ ਹੈ ਨਾ ਕਿ ਉਸ ਵੇਲੇ ਉਹ ਲੜਾਈ ਹੋਈ ਕਿਉਂ ਕਿਵੇਂ ਹੋਏਗੀ ਹਨਾ ਤੁਸੀਂ ਕਿਹਾ ਕਿ ਉਸ ਵੇਲੇ ਨਾ ਤਾਂ ਕੋਈ ਸੰਗਠਨ ਸੰਗਠਿਤ ਫੌਜ ਸੀਗੀ ਨਾ ਕੋਈ ਘੋੜੇ ਸੀਗੇ ਨਾ ਉਸ ਤਰ੍ਹਾਂ ਦੇ ਨਾਲ ਸ਼ਸਤਰ ਸੀਗੇ ਫਿਰ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਲਾਮਬੰਦ ਕਿਵੇਂ ਕੀਤਾ ਉਹਨਾਂ ਨੂੰ ਜੰਗ ਦੇ ਲਈ ਤਿਆਰ ਕਿਵੇਂ ਕੀਤਾ ਦੋ ਸਾਲ ਲੱਗੇ ਸੰਜੀ 1708 ਚ ਬਾਬਾ ਜੀ ਨੂੰ ਤੋਰਿਆ ਪੰਜਾਬ ਵੱਲ 1710 ਚ ਸਰਹੰਦ ਫਤਿਹ ਕੀਤੀ ਸੀ ਇਹ ਦੋ ਸਾਲ ਫੌਜ ਇਕੱਠੀ ਕਰਦੇ ਰਹੇ ਵੱਖ-ਵੱਖ ਥਾਵਾਂ ਦੇ ਉੱਤੇ ਹਮਲੇ ਕਰਦੇ ਰਹੇ ਇਹਦੇ ਤੋਂ ਪਹਿਲਾਂ ਕੈਥਲ ਜੀਂਦ ਤੇ ਸਢौरा ਤੇ ਸਮਾਣਾ ਇਹ ਸ਼ਹਿਰ ਤਬਾਹ ਕਰ ਦਿੱਤੇ ਹੋਏ ਸੀ ਸਮਾਣਾ ਸ਼ਹਿਰ ਚ 40 ਸੈਜਦਾਂ ਦੇ ਘਰ ਸਨ ਤੇ ਘਰ ਇੱਕ 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 ਘਰ ਕਿਲੇ ਵਰਗਾ ਸੀ ਉਹ ਉਹ ਸਾਰੇ ਕਿਲੇ ਤੋੜੇ ਤੋਂ ਇਹ ਫਿਰ ਸੈਨਾ ਇਕੱਠੀ ਹੁੰਦੀ ਗਈ ਨਾ ਤੇ ਮੀਰ ਲਿਖਦਾ ਕਿ ਸਾ ਜਿਸ ਸੈਨਾ ਵਿੱਚ 5000 ਜਵਾਨ ਅਜਿਹੇ ਹੋਣ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਹੋਵੇ ਉਸ ਸੈਨਾ ਨੂੰ ਕੋਈ ਨਹੀਂ ਹਰਾ ਸਕਦਾ ਜਿਹੜੇ 20000 ਸਾਡੇ ਵਿਰੁੱਧ ਲੜਨ ਲਈ ਆਏ ਸਨ ਉਹ 20000 ਦੇ 20000 ਇਸ ਤਰ੍ਹਾਂ ਦੇ ਸਨ ਕਿ ਕੋਈ ਬਚ ਕੇ ਜਾਣਾ ਚਾਹੁੰਦਾ ਨਹੀਂ ਇਹ ਸੱਟ ਏਡੀ ਡੂੰਘੀ ਸੀ ਤੇ ਫਿਰ ਜਦੋਂ ਸਰੰਦ ਫਤਿਹ ਹੋਈ ਚਾਪੜ ਜਿਹੜੀ ਤੋਂ ਬਾਅਦ ਤੀਸਰੇ ਦਿਨ ਸਰੰਦ ਤੇ ਹਾਂ ਉੱਥੇ ਤਾਂ ਮੁਕਾਬਲਾ ਹੀ ਨਹੀਂ ਹੋਇਆ ਗੇਟ ਤੋੜ ਦਿੱਤੇ ਫੌਜ ਅੰਦਰ ਦਾਖਲ ਹੋ ਗਈ ਲੁੱਟਮਾਰ ਸ਼ੁਰੂ ਹੋਈ ਬਾਬਾ ਬੰਦਾ ਸਿੰਘ ਨੇ ਭਾਈ ਆਲੀ ਸਿੰਘ ਨੂੰ ਕਿਹਾ ਕਿ ਸਾਨੂੰ ਉਸ ਖਜ਼ਾਨੇ ਤੱਕ ਲੈ ਚੱਲੋ ਜਿਹੜਾ ਨਾਇਾਬ ਹੈ ਜਿਸ ਵਰਗਾ ਦੁਨੀਆ 'ਚ ਹੋਰ ਕਿਸੇ ਕੋਲ ਨਹੀਂ ਹੈ ਅੱਛਾ ਜੀ ਬਾਬਾ ਆਲੀ ਸਿੰਘ ਸਮਝਦੇ ਸਨ ਉਹ ਉਹਨਾਂ ਇੱਟਾਂ ਦੇ ਢੇਰ ਕੋਲ ਲੱਗੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਅੰਗਾਂ ਨੂੰ ਛੋਹਿਆ ਸੀ ਇੱਕ ਇੱਕ ਇੱਟ ਤੇ ਬਾਬਾ ਜੀ ਨੇ ਹੰਜੂਆਂ ਦੀ ਮੋਹਰ ਲਾਈ ਇੱਕ ਇੱਟਾਂ ਇਕੱਠੀਆਂ ਕੀਤੀਆਂ ਤੇ ਡੂੰਘਾ ਟੋਆ ਪੁੱਟ ਕੇ ਇੱਟਾਂ ਟੋਏ 'ਚ ਰੱਖੀਆਂ ਤੇ ਉੱਪਰ ਰੇਤੇ ਦਾ ਥੜਾ ਉਸਾਰਿਆ ਤੇ ਕਿਹਾ ਭਾਈਓ ਹਾਲਾਂ ਅਸੀਂ ਸ਼ਾਇਦ ਦੇਰ ਤੱਕ ਇਸ ਸਥਾਨ ਦੀ ਸਾਂਭ ਸੰਭਾਲ ਕਰਨ ਦੇ ਸਮਰੱਥ ਨਾ ਹੋਈਏ ਪਰ ਇਹ ਗੁੰਮਣੀ ਨਾ ਖਜ਼ਾਨਾ ਸਾਡੇ ਤੋਂ ਹੋਣਾ ਚਾਹੀਦਾ ਦਸਮ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਸੱਚੇ ਜੀ ਪਾਤਸ਼ਾਹ ਦੁਨੀਆ ਕੋਲ ਸੋਨੇ ਚਾਂਦੀ ਹੀਰੇ ਜਵਹਰਾਤ ਬੇਅੰਤ ਨੇ ਤੇ ਬੇਅੰਤ ਹੋਣਗੇ ਜਿਹੋ ਜਾਂ ਇਹ ਖਜ਼ਾਨਾ ਤੁਸੀਂ ਸਾਨੂੰ ਬਖਸ਼ਿਏ ਇਹੋ ਜਾਂ ਕਿਸੇ ਕੋਲ ਤੋਂ ਇਹ ਐ ਆਪਣੀ ਵਿਰਾਸਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਅਹਿਸਾਸ ਜਜ਼ਬਾ ਐਡਾ ਡੂੰਘਾ ਹੈ ਕਿ ਤੁਸੀਂ ਦੇਖੋ ਕਿ ਇਸ ਘਟਨਾ ਤੋਂ ਕੋਈ ਲਗਭਗ ਅੱਧੀ ਸਦੀ ਬਾਅਦ ਬਾਬਾ ਜੱਸਾ ਸਿੰਘ ਆਲੂ ਵਾਲੀਆ ਨੇ ਹਮਲਾ ਕੀਤਾ ਸੀ ਸਰਹੰਦ ਤੇ ਉਦੋਂ ਜ਼ੈਨ ਖਾਨ ਗਵਰਨਰ ਸੀ ਜ਼ੈਨ ਖਾਨ ਮਾਰਿਆ ਸੀ ਜੱਸਾ ਸਿੰਘ ਆਲੂ ਵਾਲੀਆ ਨੇ ਤੇ ਜਦੋਂ ਲੁੱਟਮਾਰ ਹੋਣ ਲੱਗੀ ਬਾਬਾ ਜੱਸਾ ਸਿੰਘ ਆਲੂ ਵਾਲੀਆ ਆਪਣੇ ਸੈਨਿਕਾਂ ਨੂੰ ਕਹਿੰਦੇ ਭਾਈਓ ਇੱਕ ਆਪ ਖਜ਼ਾਨਾ ਦੱਬ ਕੇ ਗਏ ਸੀ ਉਹ ਦੇਖੀ ਇਹ ਛੋਟੇ ਸਾਹਿਬਜ਼ਾਦਿਆਂ ਦੀ ਕਰਾਮਾਤ ਇਹ ਹੈ ਸ਼ੀਰਖੋਰ ਬੱਚਿਆਂ ਦੀ ਅਨੂਪਮ ਕੁਰਬਾਨੀ ਪੰਨੂ ਸਰ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਜਦੋਂ ਤੁਸੀਂ ਪੀ ਐਚ ਡੀ ਕਰ ਰਹੇ ਸੀ ਉਦੋਂ ਤੁਹਾਨੂੰ ਕਿਹਾ ਗਿਆ ਕਿ ਸਰਹੰਦ ਦੇ ਨੇੜੇ ਟਿਹੜੇ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਕੀ رائے ਹੈ ਉਹ ਕੀ ਸੋਚਦੇ ਨੇ ਉਹਨਾਂ ਸਾਹਿਬਜ਼ਾਦਿਆਂ ਦੇ ਬਾਰੇ ਉਸ ਵੇਲੇ ਹੋਏ ਵਰਤਾਂਤ ਬਾਰੇ ਉਹ ਉਹ ਕਿੱਸਾ ਸਾਡੇ ਨਾਲ ਸਾਂਝਾ ਕਰੋ ਹਾਂ ਦੇਖੋ ਡਾਕਟਰ ਗੰਡਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਹਿਸਟਰੀ ਦੇ ਡਿਪਾਰਟਮੈਂਟ ਦੇ ਨਾਲ ਇੱਕ ਸੈਲ ਔਰਲ ਹਿਸਟਰੀ ਦਾ ਕਾਇਮ ਕੀਤਾ ਸੀ ਕਿ ਬਹੁਤ ਸਾਰੀਆਂ ਯਾਦਾਂ ਘਟਨਾਵਾਂ ਲੋਕਾਂ ਦੇ سینਾ ਬਸੀਨਾ ਤੁਰੀਆਂ ਆਉਂਦੀਆਂ ਨੇ ਉਹ ਵੀ ਹਿਸਟਰੀ ਵਾਸਤੇ ਇੰਪੋਰਟੈਂਟ ਨੇ ਉਹ ਘਟ ਮਹੱਤਵਪੂਰਨ ਨਹੀਂ ਹਨ ਉਹਨਾਂ ਨੂੰ ਵੀ ਇਕੱਠੀਆਂ ਕਰੀਏ ਤਾਂ ਮੈਂ ਡਾਕਟਰ ਫੌਜੀਆ ਸਿੰਘ ਸਨ ਮੁਖੀ ਮੈਂ ਆਹ ਉੱਥੇ ਰਿਸਰਚ ਸਕਾਲਰ ਉਹਨਾਂ ਨੇ ਮੈਨੂੰ ਇੱਕ ਟਾਸਕ ਇਹ ਦਿੱਤਾ ਬਾਕੀਆਂ ਦੇ ਨਾਲ ਕਿ ਸਰਹੰਦ ਸ਼ਹਿਰ ਦੇ ਆਲੇ-ਦੁਆਲੇ 20-25 ਮੀਲ ਦੇ ਏਰੀਏ 'ਚ ਲੋਕਾਂ ਦੇ ਦਿਲਾਂ ਦੇ ਵਿੱਚ ਕੀ-ਕੀ ਯਾਦਾਂ ਨੇ ਸਾਬਜ਼ਾਦਿਆਂ ਦੀਆਂ ਉਸ ਰਾਤ ਦੀਆਂ ਜਦੋਂ ਸ਼ਹੀਦ ਕੀਤੇ ਗਏ ਸਨ ਉਹ ਅਗਲੇ ਦਿਨ ਦੀਆਂ ਉਹ ਜਿਹੜਾ ਇਕੱਠੀਆਂ ਕਰੋ ਮੈਂ ਪਿੰਡਾਂ 'ਚ ਲੋਕਾਂ ਕੋਲ ਜਾਂਦਾ ਸਾਬਜ਼ਾਦਿਆਂ ਬਾਰੇ ਕੁਝ ਦੱਸੋ ਜੀ ਉਹ ਹੱਸ ਕੇ ਮੈਨੂੰ ਆਖਦੇ ਹੁੰਦੇ ਸਾਬਜ਼ਾਦਿਆਂ ਬਾਰੇ ਤਾਂ ਤੁਹਾਡੇ ਤੋਂ ਸੁਣਨੇ ਪੜ੍ਹੇ ਲਿਖਿਆ ਤੋਂ ਅਸੀਂ ਸਾਡੇ ਕੋਲ ਕੀ ਇਹ ਦੱਸਣ ਨੂੰ ਫਿਰ ਅਸੀਂ ਪੁੱਛਦੇ ਵੀ ਜਦੋਂ ਸ਼ਹੀਦ ਹੋ ਗਈ ਸੀ ਸੈਜਬਾਦ ਦੇ ਉਹਦੇ ਤੋਂ ਬਾਅਦ ਫਿਰ ਕੀ ਕੀ ਵਾਪਰਿਆ ਸੀ ਉਹ ਕਹਿਣ ਲੱਗੇ ਕਿ ਜਿਹੜਾ ਫਤਿਹਗੜ ਸਾਹਿਬ ਹੁਣ ਇਤਿਹਾਸਿਕ ਗੁਰਦੁਆਰਾ ਹੈ ਉਹਦੇ ਚੜਦੇ ਵਾਲੇ ਪਾਸੇ ਜੰਗਲ ਸੀ ਜੰਗਲ ਦੇ ਤੇ ਸ਼ਹੀਦੀ ਇਹ ਕੋਟ ਸੀ ਕਚਹਿਰੀ ਸੀ ਇਹ ਵਜ਼ੀਰ ਖਾਨ ਦੀ ਜਿੱਥੇ ਇਸ ਵੇਲੇ ਗੁਰਦੁਆਰਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਦਾ ਜਿਹੜਾ ਮੇਨ ਗੁਰਦੁਆਰਾ ਹੈ ਤਾਂ ਉਹਦੇ ਚੜਦੇ ਵਾਲੇ ਪਾਸੇ ਨੇੜੀ ਬਰਸਾਤੀ ਨਾਲਾ ਸੀ ਸਰਦੀਆਂ ਦੇ ਦਿਨਾਂ ਤੋਂ ਨਾਲਾ ਸੁੱਕਾ ਹੋਇਆ ਸੀ ਨਾਲੇ ਤੋਂ ਪਾਰ ਜੰਗਲ ਦੇ ਵਿੱਚ ਲਾਸ਼ਾਂ ਸੁੱਟਵਾ ਦਿੱਤੀਆਂ ਸਨ ਲੋਕਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਸੀਨਾ-ਬਸੀਨਾ ਤੁਰੀ ਆ ਰਹੀ ਪਰੰਪਰਾ ਹੈ ਉਹਦੇ ਮੁਤਾਬਕ ਲੋਕ ਦੱਸਦੇ ਕਿ ਜੰਗਲ 'ਚੋਂ ਇੱਕ ਸ਼ੇਰ ਰਾਖੀ ਵਾਸਤੇ ਆ ਕੇ ਬੈਠ ਗਿਆ ਕਿ ਲਾਸ਼ਾਂ ਦੀ ਕੋਈ ਬਦਬੀ ਨਾ ਹੋਵੇ ਜਦੋਂ ਦੀਵਾਨ ਟੋਡਰਮਲ ਨੇ ਮਨਾਇਆ ਵਜ਼ੀਰ ਖਾਨ ਹਰਜਾਨਾ ਭਰਿਆ ਸੋਨੇ ਦੀਆਂ ਮੋਹਰਾਂ ਉਸ ਥਾਂ ਤੇ ਵਿਛਾਵਾਂਗੇ ਜਿੰਨਾ ਥਾਂ ਤੁਸੀਂ ਲਓਗੇ ਸੌਦੇਬਾਜ਼ੀ ਹੋ ਗਈ ਸਰਕਾਰਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ ਜੀ ਉਹਨਾਂ ਨੇ ਵੇਚ ਯਾਨੀ ਲਾਸ਼ਾਂ ਵੀ ਵੇਚੀਆਂ ਲਾਸ਼ਾਂ ਦਾ ਸੰਸਕਾਰ ਵੀ ਵੇਚ ਹੋਰ ਇਹ ਤੋਂ ਵੱਧ ਜ਼ੁਲਮ ਕੀ ਹੋਏਗਾ ਤਾਂ ਜਦੋਂ ਦੀਵਾਨ ਟੋਡਰਮਲ ਜੀ ਸੰਗਤ ਸਮੇਤ ਉੱਥੇ ਪਹੁੰਚੇ ਸਿਰ ਨਵਾ ਕੇ ਸ਼ੇਰ ਜੰਗਲ ਚਲਾ ਗਿਆ ਫਿਰ ਲਾਸ਼ਾਂ ਸੰਭਾਲ ਦਿੱਤੀਆਂ ਤੇ ਸੰਸਕਾਰ ਕੀਤਾ ਇਹ ਲੋਕਾਂ ਦੇ ਦਿਲਾਂ 'ਚ ਹੁਣ ਤੱਕ ਸਾਖੀ ਬੈਠੀ ਹੋਈ ਹੈ ਤੇ ਸੀਨਾ-ਮਸੀਨਾ ਤੁਰ ਹੀ ਆਉਂਦੀ ਜਿਹੜੇ ਗੁਰਦੁਆਰਾ ਜੋਤੀ ਜੋਤ ਸੇਵਾ ਕਰਦੇਵਾਰਾ ਸਾਹਿਬ ਹਾਂਜੀ ਬਿਲਕੁਲ ਉਧਰ ਜੰਗਲ ਬੰਦਾ ਸੀਗਾ ਇਹ ਬਸsrand ਖਤਮ ਹੋਣ ਤੋਂ ਬਾਅਦ ਜੰਗਲ ਸ਼ੁਰੂ ਹੋ ਜਾਂਦਾ ਸੀ ਅੱਜ ਇੱਕ ਠੰਡੇ ਇਹ ਬੁਰਜ ਦਾ ਵੀ ਜ਼ਿਕਰ ਹੁੰਦਾ ਕਿ ਇੱਥੋਂ ਜਿਹੜੀ ਠੰਡੀਆਂ ਹਵਾਵਾਂ ਆਉਂਦੀਆਂ ਸੀ ਇੱਥੋਂ ਕੋਈ ਕੋਈ ਨਦੀ ਸੀ ਕੀ ਸੀ ਨਹੀਂ 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 ਆ ਨਹੀਂ ਸੀ ਇਹ ਬੁਰਜ ਗਰਮੀਆਂ ਦੇ ਦਿਨਾਂ ਦੀ ਰਹਿائش ਵਾਸਤੇ ਬਣਾਇਆ ਗਿਆ ਸੀ ਹਵਾਦਾਰ ਸੀ ਯਾਨੀ ਸਰਦੀਆਂ 'ਚ ਤਾਂ ਆਪਾਂ ਹਵਾ ਰੋਕਦੇ ਆ ਨਾ ਹਾਂਜੀ ਹੁਣ ਸਾਡੇ ਘਰ ਅਸੀਂ ਮਗਾਵਾ ਮੱਝਾਂ ਵਾਸਤੇ ਜਦੋਂ ਛਤੜਾ ਬਣਾਉਂਦੇ ਟਾਰਾ ਬਣਾਦੇ ਉਹ ਉਹਨੂੰ ਵੀ ਆਲੇ-ਦੋਲੇ ਛਟੀਆਂ ਨਾਲ ਵੀ ਛਟੀਆਂ ਚ ਪ੍ਰਾਲੀ ਪਾ ਕੇ ਫਸਾ ਕੇ ਛਟੀਆਂ ਦੇ ਕੰਦਾ ਬਣਾਦੇ ਅਸੀਂ ਹਵਾ ਤਾਂ ਰੁਕਣੀ ਸੀ ਨਾ ਸਰਦੀਆਂ ਚ ਹਵਾ ਰੁਕਣੀ ਚਾਹੀਦੀ ਹੈ ਗਰਮੀਆਂ ਚ ਹਵਾ ਆਉਣੀ ਚਾਹੀਦੀ ਹੈ ਤੋਂ ਉਹਦੇ ਰੋਸ਼ਨਦਾਨ ਖਿੜਕੀਆਂ ਬਾਰੀਆਂ ਇਸ ਤਰ੍ਹਾਂ ਦੇ ਸਨ ਕਿ ਉਹਨਾਂ ਵਿੱਚੋਂ ਦੀ ਠੰਡੀ ਹਵਾ ਲੰਗੇ ਕੰਦਾ ਚੌੜੀਆਂ ਸਨ ਤਾਂ ਕਿ ਠੰਡੀ ਰਹੇ ਤੋਂ ਉਹ ਠੰਡਾ ਬੁਰਜ ਜਿਹੜਾ ਜਿਹਨੂੰ ਆਖਿਆ ਜਾਂਦਾ ਹੈ ਉਹ ਗਰਮੀਆਂ ਦੇ ਦਿਨਾਂ ਲਈ ਨਵਾਬ ਦੀ ਰਹਿائش ਸੀ ਅੱਛਾ ਜੀ ਉਹ ਕਸ਼ਟ ਦੇਣ ਲਈ ਰੱਖੇਗੇ ਉੱਥੇ ਕੈਦਖਾਨਾ ਵੀ ਤਾਂ ਹੈਗਾ ਸੀ ਕੈਦ ਚ ਰੱਖਿਆ ਪਰ ਕੈਦ ਚ ਫਿਰ ਨਿਗਾ ਹੋ ਜਾਣੀ ਸੀ ਕਰਨਾ ਤਾਂ ਤੰਗ ਸੀ ਦੁਖੀ ਕਰਨਾ ਸੀ ਸਖਤ ਸਖਤ ਪਹਿਰਿਆਂ ਵਿੱਚੋਂ ਦੀ ਸਖਤ ਇਮਤਿਹਾਨਾਂ ਵਿੱਚੋਂ ਦੀ ਲੰਘਾਣਾ ਸੀ ਇਨ ਬਣਾਉਣੀ ਸੀ ਇਨ ਬਣਾਉਣੀ ਸੀ ਇੱਕ ਗੱਲ ਜਿਹੜੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਨਾ ਮੇਰੇ ਦਿਲ 'ਚ ਅਕਸਰ ਆਉਂਦੀ ਹੈ ਜਦੋਂ ਆਪਾਂ ਸਾਹਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਉਦੋਂ ਗੰਗੂ ਯਾਦ ਵੀ ਆਉਂਦੇ ਆ ਗੰਗੂ ਨੂੰ ਤਾਂ ਯਾਦ ਕਰਨਾ ਬਣਦਾ ਹੈ ਕਿਉਂਕਿ ਉਹਨੇ ਧਰੋ ਬਹੁਤ ਵੱਡਾ ਕਮਾਇਆ ਸੀ ਲੇਕਿਨ ਗੰਗੂ ਬ੍ਰਾਹਮਣ ਗੰਗੂ ਬ੍ਰਾਹਮਣ ਇਹ ਬ੍ਰਾਹਮਣ ਜਾਤ ਨਾਲ ਲਾ ਕੇ ਬ੍ਰਾਹਮਣ ਜਿਹੜੇ ਜਾਤ ਹੈ ਬ੍ਰਹਮਣ ਵਰਗ ਹੈ ਉਹਦੇ ਨਾਲ ਅਨਿਆਇ ਹੈ ਕਿਉਂਕਿ ਬਹੁਤ ਸਾਰੇ ਬ੍ਰਾਹਮਣਾ ਨੇ ਬਹੁਤ ਵੱਡੀ ਸੇਵਾ ਕੀਤੀ ਸਿੱਖੀ ਦੀ ਇਤਿਹਾਸਿਕ ਗ੍ਰੰਥ ਰਚੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਫੇਰ ਭਾਈ ਕਿਰਪਾ RAM ਜੀ ਸੰਜਿਹੜੇ ब्राह्मण ਸੰਕ੍ਰਿਤੀ ਕਸ਼ਮੀਰੀ ਜਿਹੜਾ ਜਥਾ ਆਇਆ ਸੀ ਨੌਵੇਂ ਪਾਤਸ਼ਾਹ ਦੀ ਸ਼ਰਨ ਆਨੰਦਪੁਰ ਸਾਹਿਬ ਉਹਦੇ ਮੁਖੀ ਕਿਰਪਾ ਰਾਮ ਸਨ ਨੌਵੇਂ ਪਾਤਸ਼ਾਹ ਨਾਲ ਸ਼ਹਾਦਤ ਦੇਣ ਵਾਸਤੇ ਉਹ ਵੀ ਤੁਰੇ ਸਨ ਦਿੱਲੀ ਨੂੰ ਜਿਵੇਂ ਕਿ ਇਹਨਾਂ ਦੋਸ਼ੀ ਦਾ ਕੋਈ ਮਜ਼ਹਬ ਨਹੀਂ ਹੁੰਦਾ ਹਨਾ ਨਾ 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 ਸਟੇਟ ਦਾ ਕੋਈ ਮਜ਼ਹਬ ਨਹੀਂ ਹੁੰਦਾ ਇਹ ਕਹੋ ਹੂੰ ਬਿਲਕੁਲ ਠੀਕ ਜਦੋਂ ਤੁਰੇ ਭਾਈ ਕਿਰਪਾ ਰਾਮ ਜੀ ਮਹਾਰਾਜ ਰੁਕੇ ਤੇ ਕਿਹਾ ਭਾਈ ਕਿਰਪਾ ਰਾਮ ਤੁਹਾਡ ਨੂੰ ਇੱਕ ਜ਼ਿੰਮੇਵਾਰੀ ਦੇਣੀ ਹੈ ਮੰਨਣੀ ਪਵੇਗੀ ਹੱਥ ਛੋੜ ਕੇ ਕਹਿੰਦੇ ਮਹਾਰਾਜ ਸੌ ਜ਼ਿੰਮੇਵਾਰੀਆਂ ਸੌਂਪੋ ਮੰਨਾਗਾ ਤੁਸੀਂ ਸਾਡੇ ਨਾਲ ਦਿੱਲੀ ਨਹੀਂ ਜਾਓਗੇ ਨੰਬਰ 2 ਤੁਸੀਂ ਵਾਪਸ ਹੁਣ ਕਸ਼ਮੀਰ ਨਹੀਂ ਜਾਓਗੇ ਤੁਸੀਂ ਆਨੰਦਪੁਰ ਰਹੋਗੇ ਬਾਲਕ ਗੋਬਿੰਦ ਰਾਏ ਦੀ ਵਿਦਿਆ ਦੀ ਜ਼ਿੰਮੇਵਾਰੀ ਸਾਰੀ ਤੁਹਾਡੇ ਸਿਰ ਹੈ ਭਾਈ ਕਿਰਪਾ RAM ਜੀ ਅਰਬੀ ਫਾਰਸੀ ਤੇ ਸੰਸਕ੍ਰਿਤ ਦੇ ਤੁਰੰਦਰ ਵਿਦਵਾਨ ਸਨ ਦਸਮ ਪਾਤਸ਼ਾਹ ਦੇ ਅਧਿਆਪਕ ਸਨ ਉਹ ਦਸਮ ਪਾਤਸ਼ਾਹ ਦੇ ਅਧਿਆਪਕ ਦਾ ਨਰਾਦਰ ਕਿਵੇਂ ਕਰਾਂਗੇ ਆਪਾਂ ਸਾਰੀਆਂ ਵਿਦਿਆਵਾਂ ਮਹਾਰਾਜ ਨੇ ਉਹਨਾਂ ਤੋਂ ਸਿੱਖੀਆਂ ਫੇਰ ਜਦੋਂ 1699 ਵਿੱਚ ਖਾਲਸਾ ਪੰਥ ਪ੍ਰਗਟ ਹੋਇਆ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਣ ਦੀ ਕਿਰਪਾ ਕਰੋ ਸਾਨੂੰ ਵੀ ਦਿਓ ਧਰਮ ਮਹਾਰਾਜ ਕਹਿੰਨ ਲੱਗੇ ਤੁਸੀਂ ਤਾਂ ਸਾਡੇ ਅਧਿਆਪਕ ਹੋ ਤੁਹਾਨੂੰ ਦੇਣ ਲਈ ਸਾਡੇ ਕੋਲ ਕੀ ਹੈ ਭਾਈ ਕਿਰਪਾ RAM ਕਹਿੰਦੇ ਪਿਤਾ ਵੱਡੇ ਪਿਤਾ ਜੀ ਦੇ ਹੁਕਮ ਮੁਜਬ ਜੋ ਸਾਡੇ ਕੋਲ ਸੰਸਾਰਿਕ ਵਿੱਦਿਆ ਸੀ ਅਸੀਂ ਤੁਹਾਨੂੰ ਦਿੱਤੀ ਤੁਹਾਡੇ ਕੋਲ ਮਹਾਰਾਜ ਪਰਮਾਰਥਕ ਵਿੱਦਿਆ ਹੈ ਉਹਦੇ ਵੀ ਤਾਂ ਸੀ ਹੱਕਦਾਰ ਆ ਸਾਨੂੰ ਸਾਡਾ ਹਿੱਸਾ ਦਿਓ ਮਹਾਰਾਜ ਤੋਂ ਸੀਸ ਲੈ ਕੇ ਅਮਰਿਤ ਛਕਿਆ ਭਾਈ ਕਿਰਪਾ RAM ਜੀ ਭਾਈ ਕਿਰਪਾ ਸਿੰਘ ਸਜੇ ਤੇ ਚਮਕੌਰ ਦੇ ਯੁੱਧ ਵਿੱਚ ਸਾਹਿਬਜ਼ਾਦਿਆਂ ਦੀ ਹਿਫਾਜ਼ਤ ਕਰਦੇ ਹੋਏ ਸ਼ਹੀਦ ਹੋਏ ਉਹ ਬ੍ਰਾਹਮਣ ਸਨ ਤੋਂ ਬ੍ਰਾਹਮਣ ਜਾਤੀ ਨੂੰ ਨਿੰਦਣਾ ਗੰਗੂ ਕਰਕੇ ਇਹ ਪਾਪ ਜੀ ਅੱਛਾ ਪ੍ਰੋਫੈਸਰ ਇੱਕ ਹੋਰ ਗੱਲ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਮਲੇਰਕੋਟਲੇ ਦੇ ਨਵਾਬ ਨੇ ਉਸ ਵੇਲੇ ਹਾ ਦਾ ਨਾਰਾ ਮਾਰਿਆ ਸੀ ਉਸ ਤੋਂ ਬਾਅਦ ਦੇਖਦੇ ਹਾਂ ਕਿ ਜਦੋਂ 1947 ਦੇ ਵਿੱਚ ਜਦੋਂ ਸਾਰੇ ਮੁਸਲਮਾਨ ਪੰਜਾਬ ਕੀਪਰੇ ਦੇਸ਼ ਚੋਂ ਇੱਥੋਂ ਪ੍ਰਵਾਸ ਕਰ ਰਹੇ ਸੀ ਉਹਨਾਂ ਨੂੰ ਇੱਥੋਂ ਮਜਬੂਰ ਕੀਤਾ ਜਾ ਰਿਹਾ ਸੀ ਜਾਣ ਵਾਸਤੇ ਹਮਲੇ ਹੋ ਰਹੇ ਸੀਗੇ ਉਦੋਂ 1947 ਦੇ ਉਹਨਾਂ ਦੰਗਿਆਂ ਦੇ ਵਿੱਚ ਉਸ ਵੇਲੇ ਤੇ ਮੁਸਲਮਾਨਾਂ ਨੂੰ ਕੁਝ ਨਹੀਂ ਹੋਇਆ ਹੈ ਨਾ ਇਹ ਵੀ ਕਮਾਲ ਦੇ ਉਹਨਾਂ ਨੇ ਸੀ ਮੈਂ ਦੱਸ ਦਾਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਫਖਰ ਹੈ ਇਸ ਗੱਲ ਦਾ ਕਿ ਗਲਤੀਆਂ ਵੀ ਬਹੁਤ ਕਰਦੇ ਨੇ ਸਿੱਖ ਲੇਕਿਨ ਸ਼ਾਨਦਾਰ ਪਰੰਪਰਾਵਾਂ ਵੀ ਨਿਭਾਈਆਂ ਉਹਨਾਂ ਨੇ ਗੁਰਦੁਆਰਾ ਹਾ ਦਾ ਨਾਰਾ ਉਸਾਰਿਆ ਇੱਕ ਮੁਸਲਮਾਨ ਦੀ ਯਾਦ ਚ ਗੁਰਦੁਆਰਾ ਉਸਾਰਨਾ ਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਨਾ ਮੱਥਾ ਟੇਕਣਾ ਇਹ 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 ਸ਼ਾਨਦਾਰ ਪਰੰਪਰਾ ਸਿੱਖਾਂ ਨੇ ਸ਼ੁਰੂ ਕੀਤੀ ਹੈ ਕਿਸੇ Hindu ਨੇ ਜਾਂ ਕਿਸੇ ਮੁਸਲਮਾਨ ਨੇ ਇਸ ਤਰ੍ਹਾਂ ਗੁਰੂ ਸਹਿਬਾਨ ਵਾਸਤੇ ਗੁਰਦੁਆਰੇ ਦੀ ਸਥਾਪਨਾ ਕੀਤੀ ਹੋਵੇ ਜਾਂ ਮੰਦਰ ਦੀ ਜਾਂ ਮਸਜਿਦ ਦੀ ਕੀਤੀ ਹੋਵੇ ਨਹੀਂ ਹੈ ਇੱਕ ਗੱਲ ਦੂਜੀ ਗੱਲ 1947 ਚ ਹਰੇਕ ਮੁਸਲਮਾਨ ਨੂੰ ਖਤਰਾ ਸੀ ਹਰੇਕ ਸਿੱਖ ਨੂੰ ਤੇ ਹਿੰਦੂ ਨੂੰ ਮੁਸਲਮਾਨਾਂ ਦੀ ਬਹਾਦੀ ਬਹੁਤੀ ਸੀ ਉੱਥੇ ਦੂਜੀਆਂ ਕੌਮਾਂ ਨੂੰ ਖਤਰਾ ਸੀ ਇੱਥੇ ਮਲੇਰਕੋਟਲਾ ਵਿੱਚਕ ਇਲਾਕੇ ਚ ਤਾਂ ਮੁਸਲਮਾਨਾਂ ਦੀ ਗਿਣਤੀ ਬਹੁਤੀ ਸੀ ਪਰ ਸਾਰਾ ਪੰਜਾਬ ਤਾਂ ਮੁਸਲਮਾਨਾਂ ਦਾ ਨਹੀਂ ਸੀ ਇਸ ਕਰਕੇ ਮਲੇਰਕੋਟਲਾ ਡਰਿਆ ਹੋਇਆ ਸੀ 5000 ਹਥਿਆਰਬੰਦ ਸਿੱਖਾਂ ਨੇ ਮਲੇਰਕੋਟਲਾ ਦੇਸ਼ ਦੋਲੇ ਘੇਰਾ ਪਾ ਲਿਆ ਅੱਛੇ ਮਲੇਰ ਕੋਟਲੇ ਦੇ ਮੁਸਲਮਾਨ ਡਰ ਗਏ ਕਿ ਸਾਨੂੰ ਕਤਲ ਕਰਨ ਆਏ ਨੇ ਹੁਣ ਅਸੀਂ ਬਚ ਨਹੀਂ ਸਕਦੇ ਫਿਰ ਸਿੱਖਾਂ ਨੇ ਸਨਿਆਪ ਭੇਜਿਆ ਕਿ ਕਿਤੇ ਕੋਈ ਅਣਜਾਣ ਕਾਫਲਾ ਤੁਹਾਡਾ ਨੁਕਸਾਨ ਨਾ ਕਰ ਦੇਵੇ ਅਸੀਂ ਤੁਹਾਡੀ ਹਿਫਾਜ਼ਤ ਲਈ ਆਏ ਹਾਂ ਸਿੱਖਾਂ ਨੇ ਉਦੋਂ 1947 ਚ ਹਿਫਾਜ਼ਤ ਕੀਤੀ ਮਲੇਰ ਕੋਟਲੇ ਦੇ ਇਹ ਸਾਬਤ ਕਰਦਾ ਹੈ ਕਿ ਨੇਕੀ ਦਾ ਬੀਜ ਬਿਸ਼ੱਕ ਕਿੰਨਾ ਬਰੀਕ ਬੀਜਿਆ ਹੋਏ ਲੇਕਿਨ ਉਹ ਕਣਾ ਬੋੜ ਬਣਦਾ ਹੈ ਕੜਾ ਕਣਾ ਸ਼ਾਨਦਾਰ ਰੁੱਖ ਬਣਦਾ ਹੈ ਇਹ ਇਹ ਛਾਂਵਾਂ ਸਾਡੇ ਅੰਗ-ਸਾਂਗ ਹਮੇਸ਼ਾ ਬਰਕਰਾਰ ਰਹਿਣ ਇਹ ਆਪਾਂ ਕੰਮ ਕਰੀਏ ਇਹਨਾਂ ਸ਼ਹਾਦਤਾਂ ਦੇ ਦਿਨਾਂ 'ਚ ਜੀ ਅਸੀਂ ਪੰਨ ਸਭ ਅਖੀਰ ਦੇ ਵਿੱਚ ਇੱਕ ਤੁਸੀਂ ਜ਼ਿਕਰ ਕਰਦੇ ਹੋ ਹੁੰਨੇ ਹੋ ਵਿਦੇਸ਼ ਦੀ ਉਹ ਧਰਤੀ ਦਾ ਉਹ ਕਿੱਸਾ ਕਿ ਇੱਕ ਬੱਚੇ ਜਿਹੜੇ ਉੱਥੇ ਬੱਚੇ ਸੀਗੇ ਉਹਨਾਂ ਦੇ ਦਿਲ ਦੇ ਉੱਤੇ ਕੀ ਘਟਨਾ ਕਿ ਵਸ਼ਿੰਗਟਨ ਦੀ ਗੱਲ ਹੈ ਹਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਉਹਨਾਂ ਪਰਭਾਵ ਨੇ ਇਸ ਸ਼ਹਾਦਤਾਂ ਦੇ ਬਾਰੇ 2008 ਚ ਦੋ ਵੱਡੀਆਂ ਇਤਿਹਾਸਕ ਘਟਨਾਵਾਂ ਹੋਈਆਂ ਸਨ ਇੱਕ ਤਾਂ ਦਸਮ ਪਾਤਸ਼ਾਹ ਜੋਤੀ ਜੋਤ ਸਮਾਏ ਸਨ ਦੂਸਰਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਮਿਲੀ ਸੀ ਤੇ ਇਹ ਦੁਨੀਆ ਚ ਸ਼ਤਾਬਦੀਆਂ ਮਨਾਈਆਂ ਗਈਆਂ ਸਨ ਕਉਂਕ 1708 ਚ ਹੋਈਆਂ ਸਨ ਘਟਨਾਵਾਂ 2008 ਚ ਫਿਰ 300 ਸਾਲ ਅਸ਼ਤਾਬ ਦੀਆਂ ਸਨ ਇਹ ਸਾਨੂੰ ਕੈਨੇਡਾ ਤੇ ਅਮਰੀਕਾ ਦੀਆਂ ਸੰਗਤਾਂ ਵੱਲੋਂ ਕੁਝ ਪ੍ਰੋਫੈਸਰਾਂ ਨੂੰ ਸੱਦੇ ਮਿਲੇ ਅਸੀਂ ਗੁਰਦੁਆਰਿਆਂ ਚ ਜਾਂ ਜਿੱਥੇ ਕਿਸੇ ਹਾਲ ਚ ਪ੍ਰਬੰਧ ਹੁੰਦਾ ਅਸੀਂ ਉੱਥੇ ਸਿੱਖ ਇਤਿਹਾਸ ਸਿੱਖ ਪਰੰਪਰਾਵਾਂ ਦਾ ਜੀ ਵਿਖਿਆਨ ਕਰਦੇ ਸਾਡੇ ਕੋਲ ਇੱਕ ਸਕੂਲ ਦੇ ਟੀਚਰ ਆ ਕੇ ਕਹਿਣ ਲੱਗੇ ਜੀ ਤੁਹਾਨੂੰ ਉਥੋਂ ਸੱਦ ਕੇ ਇਵਿਟ ਭੇਜ ਕੇ ਮੁਨਾਸਬ ਨਹੀਂ ਅਸੀਂ ਬੁਲਾਈਏ ਹੁਣ ਤੁਸੀਂ ਆਏ ਹੋਇਓ ਸਾਡੇ ਬੱਚਿਆਂ ਨੂੰ ਸਗੋਂ ਕਈ ਟੀਚਰਾਂ ਨੂੰ ਵੀ ਪਤਾ ਨਹੀਂ ਲੱਗਦਾ ਵੀ ਸਿੱਖਾਂ ਚ ਤੇ ਮੁਸਲਮਾਨਾਂ ਚ ਕੀ ਫਰਕ ਹੈ ਹੁਣ ਤੁਸੀਂ ਆਏ ਹੋ ਤੁਸੀਂ ਸਮਝਾਜੋ ਸਿੱਖੀ ਬਾਰੇ ਗੁਰਮਤਿ ਬਾਰੇ ਆਪਣੇ ਇਤਿਹਾਸ ਬਾਰੇ ਕੁਝ ਦੱਸੋ ਤਾਂ ਕਿ ਬੱਚਿਆਂ ਨੂੰ ਤੁਹਾਡੇ ਤੋਂ ਲਾਭ ਪ੍ਰਾਪਤ ਹੋਏ ਬੱਚੇ ਛੋਟੇ ਸਨ ਤੀਜੀ ਚੌਥੀ ਪੰਜਵੀਂ ਦੇ 100 ਕੁ ਬੱਚੇ ਸਨ ਅਸੀਂ ਕਿਹਾ ਚਲੋ ਚੱਲੀਏ ਮੈਂ ਜਾਂਦਾ ਜਾਂਦਾ ਸੋਚਣ ਲੱਗਾ ਵੀ ਇੰਨੇ ਛੋਟੇ ਬੱਚਿਆਂ ਨੂੰ ਨਾ ਫਿਲਾਸਫੀ ਦਾ ਪਤਾ ਨਾ ਇਤਿਹਾਸ ਦਾ ਪਤਾ ਨਾ ਸਾਡੀਆਂ ਪਰੰਪਰਾਵਾਂ ਬਾਰੇ ਕੋਈ ਰੁਚੀ ਹੋਣੀ ਇਹਨਾਂ ਦੀ ਬੱਚਿਆਂ ਨੂੰ ਦਿਲਚਸਪੀ ਹੁੰਦੀ ਹੈ ਕਿ ਬੱਚਿਆਂ ਬਾਰੇ ਉਹਨਾਂ ਨੂੰ ਦੱਸਿਆ ਜਾਏ ਮਸਲਨ ਅਸੀਂ ਮਾਸਟਰਾਂ ਨੂੰ ਪੁੱਛਦੇ ਸੀ ਆਪਣੇ ਮਾਪਿਆਂ ਨੂੰ ਪੁੱਛਦੇ ਸੀ ਜਦੋਂ ਤੁਸੀਂ ਨਿੱਕੇ ਹੁੰਦੇ ਸੀ ਉਦੋਂ ਝੂਠ ਵੀ ਬੋਲਦੇ ਹੁੰਦੇ ਸੀ ਜੋ ਤੁਸੀਂ ਛੋਟੇ ਹੁੰਦੇ ਸੀ ਉਦੋਂ ਚੋਰੀ ਵੀ ਕਰ ਲੈਂਦੇ ਸੀ ਬੱਚੇ ਸਾਡੇ ਵਡੇਰੇ ਨੇ ਜਿਹੜੇ ਉਹ ਜਦੋਂ ਬੱਚੇ ਹੁੰਦੇ ਸਨ ਉਦੋਂ ਕਿਹੋ ਜਿਹੇ ਹੁੰਦੇ ਸਨ ਕਿਹੋ ਜੀਆਂ ਰੁਚੀਆਂ ਸਨ ਉਹਨਾਂ ਦੀਆਂ ਮੈਂ ਆਪਣੇ ਮਾਸਟਰ ਜੀ ਨੇ ਵੀ ਪੁੱਛਿਆ ਕਿ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਸਕੂਲ 'ਚ ਤੁਸੀਂ ਛੁੱਟੀਆਂ 'ਚ ਹਮੇਸ਼ਾ ਹੋਮਵਰਕ ਪੂਰਾ ਕਰ ਲੈਂਦੇ ਸੀ ਬਿਲਕੁਲ ਠੀਕ ਹਾਂ ਤਾਂ ਮੈਂ ਸੋਚਿਆ ਬੱਚਿਆਂ ਬਾਰੇ ਛੋਟੇ ਸਾਹਬਜ਼ਾਦਿਆਂ ਬਾਰੇ ਦੱਸਾਂਗੇ ਤਾਂ ਅੱਧਾ ਕੋ ਘੰਟਾ ਛੋਟੇ ਸਾਹਬਜ਼ਾਦਿਆਂ ਦੀਆਂ ਗੱਲਾਂ ਕੀਤੀ ਮਾਸਟਰ ਜੀ ਨੇ ਉਹਨਾਂ ਦੇ ਟੀਚਰ ਨੇ ਪੁੱਛਿਆ ਬੱਚਿਓ ਕਿਸੇ ਦਾ ਕੋਈ ਸਵਾਲ ਹੋਵੇ ਇੱਕ ਬੱਚਾ ਕਹਿੰਦਾ ਸਰ ਸਵਾਲ ਤਾਂ ਕੋਈ ਨਹੀਂ ਮੈਂ ਧਿਆਨ ਨਾਲ ਬਾਚਨ ਸੁਣਦਾ ਰਿਹਾ ਆਈ ਵਾਸ ਥਿੰਕਿੰਗ ਆਈ ਸ਼ੁੱਡ ਹੈਵ ਬੀਨ ਵਨ ਅਮੰਗ ਦੋਜ਼ ਯੰਗ ਪ੍ਰਿੰਸੈਸ ਬ੍ਰੇਕਡ ਅਲਾਈ ਮੈਂ ਤਾਂ ਸਿਰਫ ਇਨਾ ਮੇਰੇ ਦਿਲ ਚ ਬਾਰ ਬਾਰ ਆਉਂਦਾ ਰਿਹਾ ਕਿ ਉਹ ਛੋਟੇ ਰਾਜਕੁਮਾਰ ਜਿਹੜੇ ਜਿਉਂਦੇ ਨਹੀਂ ਹੱਚ ਚਿਣੇਗੇ ਸਨ ਉਹਨਾਂ ਵਿੱਚੋਂ ਇੱਕ ਮੈਂ ਹੋਣਾ ਚਾਹੀਦਾ ਸੀ ਇੱਕ ਬੋਧਵਾਕ ਪੜਿਆ ਮੈਂ ਆਪਾਂ ਅੱਜ ਦੀ ਇਹ ਗੁਫ਼ਤਗੂ ਇਸ ਪਵਿੱਤਰ ਵਾਕ ਨਾਲ ਸਮਾਪਤ ਕਰਾਂਗੇ ਬੋਧਵਾਕ ਹੈ ਪਲ ਅਤੇ ਯੁੱਗ ਦੋਹਾਂ ਵਿੱਚ ਕੋਈ ਫਰਕ ਨਹੀਂ ਜਿਸ ਕਰਮਾਂ ਵਾਲੇ ਪਲ ਨੂੰ ਇਸ ਗੱਲ ਦੀ ਸਮਝ ਲੱਗੀ ਉਹ ਯੁੱਗ ਹੋ ਗਿਆ ਜਿਸ ਅਭਾਗੇ ਯੁੱਗ ਨੂੰ ਇਸ ਗੱਲ ਦਾ ਪਤਾ ਨਾ ਲੱਗਿਆ ਉਹ ਪਲ ਵਾਂਗੂ ਨਸ਼ਟ ਹੋਇਆ ਪਾਲਾ ਤੇ ਯੁੱਗ ਵਿੱਚ ਕੋਈ ਫਰਕ ਨਹੀਂ ਇਹ ਵਾਕ ਪੜਿਆ ਛੋਟੇ ਸਾਹੂ ਜਦੇ ਯਾਦ ਆਏ ਛੋਟੇ ਸਾਹੂ ਜਦੇ ਹਨ ਉਹ ਪਲ ਜਿਹੜੇ ਯੁੱਗ ਹੋ ਗਏ ਅਸੀਂ ਸਾਰੇ 80 80 90 90 100 100 ਸਾਲ ਦੀ ਉਮਰ ਭੋਗ ਕੇ ਉਹ ਤੁਰ ਜਾਗੇ ਜਿਵੇਂ ਪਾਲ ਇਥੋਂ ਵਿਰਾ ਹੁੰਦੇ ਹੁੰਦੇ ਨੇ ਸਾਡੀ ਜ਼ਿੰਦਗੀ ਪਲਾਂ ਦੀ ਜ਼ਿੰਦਗੀ ਹੈ ਸਾਫ ਜ਼ਾਦਿਆਂ ਦੀ ਜ਼ਿੰਦਗੀ ਯੁੱਗਾਂ ਦੀ ਜ਼ਿੰਦਗੀ ਉਹਨਾਂ ਦੇ ਚਰਨਾਂ ਵਿੱਚ ਆਪਣਾ ਸਾਰਿਆਂ ਦਾ ਪ੍ਰਣਾਮ ਜੀ ਭਗਤ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਧੰਨਵਾਦ ਜੀ ਸ਼ੁਕਰਾਨਾ ਜੀ ਜੀ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਹਿਬ ਦੇ ਨਾਲ ਅਸੀਂ ਅੱਜ ਸ਼ਾਹਬਜ਼ਾਦਿਆਂ ਨੂੰ ਯਾਦ ਕੀਤਾ ਕਿ ਕਿਵੇਂ ਉਹ ਨੀਹਾ ਦੇ ਵਿੱਚ ਨੇਗੇ ਉਸ ਤੋਂ ਬਾਅਦ ਕੀ ਕੀ ਹੋਇਆ ਤੇ ਉਸ ਤੋਂ ਬਾਅਦ ਆਮ ਲੋਕਾਂ ਦੀ ਉਸ ਘਟਨਾ ਬਾਰੇ ਕੀ ਰਾਏ ਹੈ ਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੈਠੇ ਜਿਹੜੇ ਬੱਚੇ ਨੇ ਉਹ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਉਹ ਸ਼ਹਾਦਤ ਨੂੰ ਕਿਵੇਂ ਦੇਖਦੇ ਨੇ ਤੇ ਉਹ ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਪ੍ਰੋਫੈਸਰ ਸਾਹਿਬ ਨੇ ਸਾਂਝੀਆਂ ਕੀਤੀਆਂ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇੱਥੇ ਆਨੰਦਪ੍ਰੀਤ ਸਿੰਘ ਨੂੰ ਦੋ ਇਜਾਜ਼ਤ ਦੇਕਰ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ